हाँ जी दोस्तों, सत श्री अकाल। मैं रमनदीप सिंह एक बार फिर हाजिर हाँ थोड़े अपने चैनल रमन इंस्टीट्यूट से, अते स्वागत करते हैं एक बार फिर थोड़ा सारे का ही इस चैनल के उत्ते। सो वीडियो शुरू करने तो पहले एक रिक्वेस्ट है कि जो विद्यार्थी इस चैनल पर पहली बार आए हैं वो साडे चैनल सबसक्राइब कर लेने के नाल ही बैल आइकॉन पर क्लिक कर लेने तो आने वाली लेटेस्ट वीडियो पहला मिलती रहे। सो इस चैनल के उत्ते असी बी एस टैट, सी टैट, एच टैट और होर कंपीटिशन एग्जाम की तैयारी करवाते हाँ। सो तुसीं घर बैठे एक बेहतर तरीके ने प्रिपरेशन करने की ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਇਸ ਚੈਨਲ ਦੇ ਉੱਤੇ ਬੀ ਐਸ ਟੈਟ, ਸੀ ਟੈਟ, ਐਚ ਟੈਟ ਅਤੇ ਹੋਰ ਜਿਹੜੇ ਕੰਪੀਟੀਸ਼ਨ ਐਗਜ਼ਾਮ ਨੇ ਉਹਨਾਂ ਦੀ ਤਿਆਰੀ ਕਰੀ ਜਾਂਦੀ ਹੈ। ਔਰ ਇਸ ਦੇ ਵਿੱਚ ਐਸ ਐਸ ਟੀ ਦੇ ਜਿਹੜੇ ਟੋਪਿਕ ਨੇਗੇ ਪੋਲੀਟੀਕਲ ਸਾਇੰਸ, ਨਾਗਰਿਕ ਸ਼ਾਸਤਰ, ਜੋਗ੍ਰਾਫੀ, ਹਿਸਟਰੀ। ਸੋ ਇਹਨਾਂ ਨੂੰ ਅਸੀਂ ਸਟੱਡੀ ਕਰਾਵਾਂਗੇ। ਨਾਲ ਹੀ ਸੀ ਡੀ ਪੀ ਏ ਡੀ ਯਾਨੀ ਚਾਇਲਡ ਡਿਵੈਲਪਮੈਂਟ, ਉਹਨਾਂ ਦੀ ਵੀ ਸਟੱਡੀ ਹੋ ਗਈ, ਈ ਬੀ ਐਸ ਵੀ ਹੋਵੇਗੀ ਔਰ ਮੈਥ ਸਾਇੰਸ ਦੇ ਵੀ ਜਿਹੜੇ ਕੁਐਸਚਨ ਆ ਉਹ ਅਸੀਂ ਅਪਲੋਡ ਕਰਾਂਗੇ। ਔਰ ਕੁਛ ਦਿਨਾਂ ਤੱਕ ਅਸੀਂ ਜਿਹੜੀਆਂ ਕਲਾਸਿਸ ਆ ਉਹ ਲਾਈਵ ਸਟਾਰਟ ਕਰ ਲਵਾਂਗੇ। ਸੋ ਲਾਈਵ ਕਲਾਸ ਦਾ ਟਾਈਮ ਹਾਲੇ ਅਸੀਂ ਫਿਕਸ ਨਹੀਂ ਕੀਤਾ ਹੈ, ਜਦੋਂ ਵੀ ਅਸੀਂ ਕੋਈ ਨੋਟੀਫਿਕੇਸ਼ਨ ਜਾਰੀ ਕਰਾਂਗੇ ਤਾਂ ਤੁਹਾਨੂੰ ਦੱਸ ਦੇਵਾਂਗਾ। ਤੁਸੀਂ ਲਾਈਵ ਕਲਾਸ ਦੇ ਵਿੱਚ ਜ਼ਰੂਰ ਜਿਹੜਾ ਅਟੈਂਡ ਕਰਿਆ ਕਰੋ, ਠੀਕ ਹੈ ਜੀ। ਸੋ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ ਜੀ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਚਾਇਲਡ ਡਿਵੈਲਪਮੈਂਟ ਜਿਹੜੇ ਕੁਐਸਚਨ ਆ ਉਹ ਡਿਸਕਸ ਕਰਾਂਗੇ, ਆਸ ਕਰਦਾ ਸਭ ਲਈ ਹੈਲਪਫੁਲ ਰਹਿਣਗੇ। ਸੋ ਫਸਟ ਕੁਐਸਚਨ ਹੈਗਾ ਜੀ, ਬਾਲਕ ਦੀ ਸੋਚ ਅਮੂਰਤ ਨਾਲੋਂ ਮੂਰਤ ਅਨੁਭਵ ਅਤੇ ਯਤਨਾਂ ਤੋਂ ਹੁੰਦੀ ਹੈ, ਇਹ ਅਵਸਥਾ ਕਿਹੜੀ ਹੈ? ਯਾਨੀ ਕਿ ਬਾਲਕ ਦੀ ਕਿਹੜੀ ਅਵਸਥਾ ਦੇ ਵਿੱਚ ਬੱਚਾ ਅਮੂਰਤ ਚੀਜ਼ਾਂ ਨਾਲੋਂ ਮੂਰਤ ਯਾਨੀ ਕਿ ਜਿਹੜੀਆਂ ਚੀਜ਼ਾਂ ਨੂੰ ਛੂਹ ਸਕਦਾ, ਦੇਖ ਸਕਦਾ ਹੈਗਾ ਗਾ, ਉਹਨਾਂ ਦੇ ਅਨੁਭਵ ਅਤੇ ਯਤਨਾਂ ਤੋਂ ਕਰਦਾ ਹੈਗਾ ਗਾ, ਠੀਕ ਹੈ, ਆਪਣੀ ਜਿਹੜੀ ਸੋਚ ਜਿਹੜੀ ਡਿਵੈਲਪ ਕਰਦਾ ਹੈਗਾ ਗਾ। ਅਤੇ ਇਹ ਅਵਸਥਾ ਕਿਹੜੀ ਹੁੰਦੀ ਹੈਗੀ ਆ? ਆਪਸ਼ਨ ਇੱਕ ਹੈਗਾ ਜੀ 7 ਤੋਂ 12 ਸਾਲ, ਆਪਸ਼ਨ 2 ਹੈ 12 ਸਾਲ ਤੋਂ ਉੱਪਰ, ਆਪਸ਼ਨ 3 ਹੈ ਜੀ 2 ਤੋਂ 7 ਸਾਲ ਤੱਕ, ਆਪਸ਼ਨ 4 ਹੈਗਾ ਜਨਮ ਤੋਂ 2 ਸਾਲ ਤੱਕ। ਸੋ ਰਾਈਟ ਆਂਸਰ ਹੈਗਾ ਜੀ ਦਾ ਫਸਟ ਆਪਸ਼ਨ, ਯਾਨੀ ਕਿ 7 ਸਾਲ ਤੋਂ 12 ਸਾਲ ਤੱਕ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਹੁੰਦਾ ਹੈਗਾ ਅਮੂਰਤ ਨਾਲੋਂ ਮੂਰਤ ਚੀਜ਼ਾਂ ਦੇ ਅਨੁਭਵ ਅਤੇ ਯਤਨਾਂ ਰਾਹੀਂ ਜਿਹੜਾ ਸਿੱਖਦਾ ਹੈਗਾ ਗਾ ਉਸ ਦੀ ਸੋਚ ਦਾ ਪਾਰਟ ਬਣ ਜਾਂਦੇ ਨੇ, ਉੱਥੇ ਉਹ ਜ਼ਿਆਦਾ ਉਸਨੂੰ ਸੇਵ ਰੱਖ ਸਕਦਾ ਹੈਗਾ ਗਾ 7 ਤੋਂ 12 ਸਾਲ ਦੀ ਉਮਰ ਦੇ ਵਿੱਚ। ਨੈਕਸਟ ਹੈਗਾ ਜੀ, ਵਿਕਾਸ ਦੇ ਸੰਦਰਭ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸੱਚ ਨਹੀਂ ਹੈ? ਆਪਸ਼ਨ 1 ਹੈਗਾ ਜੀ, ਵਿਕਾਸ ਦੀ ਹਰੇਕ ਅਵਸਥਾ ਵਿੱਚ ਅਲੱਗ ਖਤਰੇ ਹੁੰਦੇ ਹਨ। ਆਪਸ਼ਨ 2 ਹੈ, ਵਿਕਾਸ ਉਕਸਾਉਣ ਨਾਲ ਨਹੀਂ ਹੁੰਦਾ। ਆਪਸ਼ਨ 3 ਹੈਗਾ ਜੀ, ਵਿਕਾਸ ਸੰਸਕ੍ਰਿਤਿਕ ਪਰਿਵਰਤਨਾਂ ਤੋਂ ਪ੍ਰਭਾਵਿਤ ਹੁੰਦਾ ਹੈ। ਆਪਸ਼ਨ 4 ਹੈਗਾ ਜੀ, ਵਿਕਾਸ ਦੀ ਹਰੇਕ ਅਵਸਥਾ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈਗੀ ਹੈ, ਹਰੇਕ ਅਵਸਥਾ ਆਪਣੀ ਆਪਣੀ ਅਲੱਗ ਅਲੱਗ ਜਿਹੜੀ ਵਿਸ਼ੇਸ਼ਤਾ ਹੁੰਦੀ ਹੈ। ਇੱਥੇ ਰਾਈਟ ਆਂਸਰ ਹੈਗਾ ਕਿ ਵਿਕਾਸ ਦੇ ਸੰਦਰਭ ਵਿੱਚ ਜਿਹੜਾ ਕਥਨ ਇੱਥੇ ਸੱਚ ਨਹੀਂ ਹੈਗਾ ਗਾ, ਯਾਨੀ ਕਿ ਜਿਹਨੂੰ ਅਸੀਂ ਠੀਕ ਨਹੀਂ ਮੰਨਦੇ ਹੈਗੇ ਕਿ ਉਹਦਾ ਰਾਈਟ ਆਂਸਰ ਹੈਗਾ ਜੀ 2nd ਆਪਸ਼ਨ ਹੈਗਾ, ਯਾਨੀ ਕਿ ਵਿਕਾਸ ਉਕਸਾਉਣ ਨਾਲ ਨਹੀਂ ਹੁੰਦਾ। ਸੋ ਇਹ ਗਲਤ ਹੈਗਾ ਜੀ ਇੱਥੇ। ਸੋ ਉਕਸਾਉਣ ਨਾਲ ਵੀ ਜਿਹੜਾ ਵਿਕਾਸ ਦੇ ਵਿੱਚ ਕਾਫੀ ਸਾਰੇ ਚੇਂਜਸ ਆ ਜਾਂਦੇ ਹੈਗੇ ਨੇ, ਸੋ ਇਸ ਕਰਕੇ ਇੱਥੇ ਗਲਤ ਹੈ। ਨੈਕਸਟ ਹੈਗਾ ਜੀ, ਖਿਡਾਉਣਾਂ ਦੀ ਉਮਰ ਕਿਸ ਨੂੰ ਕਿਹਾ ਜਾਂਦਾ ਹੈ, ਕਿਹੜੇ ਸਮੇਂ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ, ਯਾਨੀ ਕਿ ਏਜ ਆਫ ਟੋਇਜ਼ ਜਿਹਨੂੰ ਅਸੀਂ ਕਹਿ ਦਿੰਦੇ ਹੈਗੇ। ਸੋ ਫਸਟ ਆਪਸ਼ਨ ਹੈਗਾ ਜੀ ਦਾ ਪੂਰਵ ਬਾਲ ਅਵਸਥਾ, ਆਪਸ਼ਨ 2 ਹੈ ਉੱਤਰ ਬਾਲ ਅਵਸਥਾ, ਆਪਸ਼ਨ 3 ਹੈ ਸ਼ਿਸ਼ੂ ਅਵਸਥਾ, ਆਪਸ਼ਨ 4 ਹੈਗਾ ਜੀ ਸਾਰੇ। ਸੋ ਕਿਹੜੀ ਅਵਸਥਾ ਹੈ ਜਿਸ ਦੇ ਵਿੱਚ ਬੱਚਾ ਜਿਹੜਾ ਖਿਡਾਉਣਾਂ ਨਾਲ ਜ਼ਿਆਦਾ ਖੇਡਦਾ ਹੈ, ਯਾਨੀ ਕਿ ਛੋਟੀਆਂ ਛੋਟੀਆਂ ਖੇਡਾਂ ਨਾਲ ਉਹ ਜ਼ਿਆਦਾ ਮਨ ਪਰਚਾਵਾ ਕਰਦਾ ਹੈ, ਉੱਥੋਂ ਹੀ ਉਸ ਦੀ ਜਿਹੜੀ ਸਮਝ ਜਿਹੜੀ ਇੱਕ ਤਰੀਕੇ ਨਾਲ ਵਿਕਸਿਤ ਹੋਣੀ ਸ਼ੁਰੂ ਹੁੰਦੀ ਹੈਗੀ ਹੈ, ਕਿਹੜਾ ਸਮਾਂ ਹੁੰਦਾ ਹੈ? ਇਹਦਾ ਰਾਈਟ ਆਂਸਰ ਹੈਗਾ ਜੀ ਫਸਟ ਆਪਸ਼ਨ ਹੈ, ਯਾਨੀ ਕਿ ਪੂਰਵ ਬਾਲ ਅਵਸਥਾ ਹੁੰਦੀ ਹੈ ਜਿਹੜੀ, ਉਸਨੂੰ ਅਸੀਂ ਖਿਡਾਉਣਿਆਂ ਦੀ ਜਾਂ ਟੋਇਸ ਆਫ ਏਜ ਆਫ ਟੋਇਸ ਅਸੀਂ ਕਹਿ ਦਿੰਦੇ ਹੈਗੇ। ਨੈਕਸਟ ਹੈਗਾ ਜੀ, ਵਿਅਕਤੀਤਵ ਸਥਾਈ ਸਮਾਯੋਜਨ ਹੈ, ਵਿਅਕਤੀਤਵ ਜਿਹੜਾ ਉਹ ਸਥਾਈ ਸਮਾਯੋਜਨ ਹੈ, ਯਾਨੀ ਕਿ ਐਡਜਸਟਮੈਂਟ ਜਿਹੜੀ ਉਹ ਸਥਾਈ ਹੁੰਦੀ ਹੈਗੀ ਆ ਵਿਅਕਤੀਤਵ ਦੇ ਵਿੱਚ, ਕਿਹੜੇ ਕਾਰਨ ਕਰਕੇ ਹੁੰਦੀ ਹੈ ਉਹ? ਆਪਸ਼ਨ 1 ਹੈਗਾ ਜੀ ਵਾਤਾਵਰਨ ਦੇ ਨਾਲ, ਆਪਸ਼ਨ 2 ਹੈ ਜੀਵਨ ਦੇ ਨਾਲ, ਆਪਸ਼ਨ 3 ਹੈ ਜੀ ਕੁਦਰਤ ਦੇ ਨਾਲ, ਆਪਸ਼ਨ 4 ਹੈ ਸਾਰੇ ਹੀ। ਵਿਅਕਤੀਤਵ ਜਿਹੜਾ ਸਥਾਈ ਸਮਾਯੋਜਨ ਹੁੰਦਾ ਹੈ, ਐਡਜਸਟਮੈਂਟ ਹੁੰਦੀ ਹੈ ਜਿਹੜੀ ਉਹ ਵਿਅਕਤੀਤਵ ਦੀ ਸਥਾਈ ਪਾਰਟ ਹੁੰਦੀ ਹੈ, ਸਥਾਈ ਤੌਰ 'ਤੇ ਉਹਦੇ ਨਾਲ ਹਮੇਸ਼ਾ ਰਹਿੰਦੀ ਹੈ। ਸੋ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਸ਼ਾਮਿਲ ਨੇ? ਸੋ ਉਹਦੇ ਵਿੱਚ ਵਾਤਾਵਰਨ ਦਾ ਸਾਥ ਜਿਹੜਾ ਵਾਤਾਵਰਨ ਦੇ ਨਾਲ ਜਿਹੜਾ ਇਹ ਸਥਾਈ ਰਹਿੰਦਾ ਹੈਗਾ ਗਾ, ਜੀਵਨ ਦੇ ਨਾਲ ਜਿਹੜਾ ਸਥਾਈ ਰਹਿੰਦਾ ਹੈ ਜਿੰਨਾ ਟਾਈਮ ਜੀਵਨ ਹੈ, ਔਰ ਕੁਦਰਤ ਦੇ ਨਾਲ ਵੀ ਇਹ ਸਾਡੇ ਨਾਲ ਨਾਲ ਜਿਹੜਾ ਰਹਿੰਦਾ ਹੈ ਵਿਅਕਤੀ ਤੱਕ, ਠੀਕ ਹੈ ਜੀ। ਨੈਕਸਟ ਹੈਗਾ ਜੀ, ਦੂਸਰੇ ਸਾਲ ਦੇ ਅੰਤ ਤੱਕ ਸ਼ਿਸ਼ੂ ਦਾ ਸ਼ਬਦ ਭੰਡਾਰ ਕਿੰਨਾ ਹੋ ਜਾਂਦਾ ਹੈ? ਆਪਸ਼ਨ 1 ਹੈਗਾ ਜੀ 100 ਸ਼ਬਦ ਯਾਨੀ 100 ਵਰਡ, ਆਪਸ਼ਨ 2 ਹੈ 60 ਸ਼ਬਦ, ਆਪਸ਼ਨ 3 ਹੈ 50 ਸ਼ਬਦ, ਆਪਸ਼ਨ 4 ਹੈਗਾ ਜੀ 10 ਸ਼ਬਦ। 2 ਸਾਲ ਦੇ ਪੁੱਛਿਆ ਗਿਆ ਜੀ, 2 ਸਾਲ ਦੇ ਅੰਤ ਤੱਕ ਕਿੰਨੇ ਸ਼ਬਦ ਜਿਹੜਾ ਸ਼ਿਸ਼ੂ ਆ ਉਹ
ਸਿੱਖ ਜਾਂਦਾ ਹੈ ਜਾਂ ਕਿੰਨਾ ਉਹਦਾ ਭੰਡਾਰ ਹੋ ਜਾਂਦਾ ਹੈ। ਉਹਦਾ ਰਾਈਟ ਆਂਸਰ ਹੈਗਾ 2 ਸਾਲ ਦੇ ਵਿੱਚ, ਫਸਟ ਆਪਸ਼ਨ ਜੀ, ਯਾਨੀ ਕਿ 100 ਯਾਨੀ 100 ਵਰਡ ਜਿਹੜਾ ਉਹ ਸਿੱਖ ਲੈਂਦਾ ਉਹਦੇ ਭੰਡਾਰ ਦੇ ਵਿੱਚ, ਉਹਦੀ ਸਟੋਰੇਜ ਦੇ ਵਿੱਚ ਜਿਹੜਾ ਉਹ ਜਮ੍ਹਾਂ ਹੋ ਜਾਂਦਾ ਹੈ। ਨੈਕਸਟ ਹੈਗਾ ਜੀ ਸ਼ਰਮ ਅਤੇ ਮਾਣ ਜਿਹੀ ਜਿਹੜੀ ਭਾਵਨਾ ਗੀ, ਉਹਦਾ ਵਿਕਾਸ ਕਿਸ ਅਵਸਥਾ ਵਿੱਚ ਹੁੰਦਾ ਹੈਗਾ ਗਾ। ਆਪਸ਼ਨ 1 ਹੈਗਾ ਸ਼ਿਸ਼ੂ ਅਵਸਥਾ ਵਿੱਚ, ਆਪਸ਼ਨ 2 ਹੈ ਬਾਲ ਅਵਸਥਾ ਦੇ ਵਿੱਚ, ਆਪਸ਼ਨ 3 ਹੈ ਕਿਸ਼ੋਰ ਅਵਸਥਾ, ਆਪਸ਼ਨ 4 ਹੈ ਬਿਰਧ ਅਵਸਥਾ, ਜਿਹਨੂੰ ਅਸੀਂ ਬੁਢਾਪੇ ਦੀ ਅਵਸਥਾ ਕਹਿ ਦਿੰਦੇ ਹੈਗੇ ਹਾਂ। ਸ਼ਰਮ ਅਤੇ ਮਾਣ ਦੀ ਗੱਲ ਕੀਤੀ ਗਈ ਹੈ ਜਿੱਥੇ ਉਹ ਚੀਜ਼ਾਂ ਦੀ ਭਾਵਨਾ ਉਹਦੇ ਵਿੱਚ ਵਿਕਸਿਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ ਹੌਲੀ। ਇਹਦਾ ਰਾਈਟ ਆਂਸਰ ਹੈਗਾ ਜੀ 2nd ਆਪਸ਼ਨ, ਯਾਨੀ ਕਿ ਬਾਲ ਅਵਸਥਾ ਦੇ ਵਿੱਚ ਬੱਚੇ ਨੂੰ ਸ਼ਰਮ ਵੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਆਪਣੇ ਆਪ ਦੇ ਉੱਪਰ ਕਈ ਵਾਰ ਜਿਹੜਾ ਮਾਣ ਵੀ ਮਹਿਸੂਸ ਕਰਨ ਲੱਗ ਜਾਂਦਾ ਹੈ ਜਦੋਂ ਕੋਈ ਉਹ ਚੰਗਾ ਕੰਮ ਕਰਦਾ ਹੈ। ਅਗਰ ਉਹ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਲਈ ਉਹ ਸ਼ਰਮ ਵੀ ਮਹਿਸੂਸ ਕਰਦਾ ਹੈ। ਰਾਈਟ ਆਂਸਰ ਇਹਦਾ 2nd ਆਪਸ਼ਨ ਹੈ ਬਾਲ ਅਵਸਥਾ। ਨੈਕਸਟ ਹੈਗਾ ਜੀ ਮੈਕਡੂੰਗਲ ਦੇ ਅਨੁਸਾਰ ਮੂਲ ਪ੍ਰਵਿਰਤੀ ਜਿਗਿਆਸਾ ਦਾ ਸੰਬੰਧ ਕਿਸ ਸੰਵੇਗ ਨਾਲ ਹੈ? ਆਪਸ਼ਨ 1 ਹੈਗਾ ਜੀ ਡਰ ਨਾਲ, ਆਪਸ਼ਨ 2 ਹੈ ਘਿਰਣਾ ਨਾਲ, ਆਪਸ਼ਨ 3 ਹੈਗਾ ਜੀ ਹੈਰਾਨੀ, ਆਪਸ਼ਨ 4 ਹੈ ਭੁੱਖ ਨਾਲ। ਸੋ ਮੈਕਡੋਨਲ ਦੇ ਅਨੁਸਾਰ ਜਿਹੜਾ ਮੂਲ ਪ੍ਰਵਿਰਤੀ ਵਿੱਚ ਜਿਗਿਆਸਾ ਦਾ ਸੰਬੰਧ ਕਿਹੜੇ ਸੰਵੇਗ ਨਾਲ ਹੈ, ਕਿਸ ਸੰਵੇਗ ਨਾਲ ਅਸੀਂ ਕਹਿ ਸਕਦੇ ਹਾਂ ਜਿਗਿਆਸਾ ਜਿਹੜੀ ਇੱਕ ਬੱਚੇ ਵਿੱਚ ਕਿਊਰੀਓਸਿਟੀ ਜਿਹੜੀ ਹੁੰਦੀ ਹੈ ਕਿਵੇਂ ਜਿਹੜੀ ਉਹ ਡਿਵੈਲਪ ਹੁੰਦੀ ਹੈ, ਉਸ ਦੇ ਵਿੱਚ ਅਸੀਂ ਗੱਲ ਕਰਾਂਗੇ ਹੈਰਾਨੀ। ਰਾਈਟ ਆਂਸਰ ਦਾ ਹੈਰਾਨੀ ਹੈ, ਹੈਰਾਨੀ ਦੇ ਨਾਲ ਕੀ ਹੈ ਸੰਬੰਧ ਹੈ ਜਿਗਿਆਸਾ ਦਾ। ਨੈਕਸਟ ਹੈਗਾ ਜੀ ਕਿਸ ਮਨੋਵਿਗਿਆਨੀ ਨੇ ਦੇ ਅਨੁਸਾਰ ਵਿਕਾਸ ਇੱਕ ਸਥਿਰ ਅਤੇ ਹੌਲੀ ਜਾਂ ਧੀਮੀ ਪ੍ਰਕਿਰਿਆ ਹੈ? ਆਪਸ਼ਨ 1 ਹੈਗਾ ਜੀ ਕਲੋਸਨਿਕ, ਆਪਸ਼ਨ 2 ਹੈ ਪਿਆਜੇ, ਆਪਸ਼ਨ 3 ਹੈ ਸਕਿਨਰ, ਆਪਸ਼ਨ 4 ਹੈਗਾ ਜੀ ਹਾਰਲਾਕ। ਵਿਕਾਸ ਹੈ ਜਿਹੜਾ ਉਹ ਇੱਕ ਸਥਿਰ ਅਤੇ ਹੌਲੀ ਜਾਂ ਧੀਮੀ ਪ੍ਰਕਿਰਿਆ ਹੈ, ਇਹ ਕਿਸ ਨੇ ਕਿਹਾ ਹੈ? ਤਾਂ ਰਾਈਟ ਆਂਸਰ ਹੈਗਾ ਜੀ ਸੀ ਆਪਸ਼ਨ, 3rd ਆਪਸ਼ਨ ਜਾਣੀ ਸਕਿਨਰ ਨੇ ਇਹ ਸ਼ਬਦ ਕਹੇ ਨੇ। ਨੈਕਸਟ ਹੈਗਾ ਜੀ ਬਾਲ ਅਵਸਥਾ ਹੁੰਦੀ ਹੈ ਕਿਸ ਸਮੇਂ ਦੇ ਵਿੱਚ ਆ ਜਾਂਦੀ ਹੈ? ਆਪਸ਼ਨ 1 ਹੈਗਾ ਜੀ 5 ਸਾਲ ਤੱਕ, ਆਪਸ਼ਨ 2 ਹੈ 12 ਸਾਲ ਤੱਕ, ਆਪਸ਼ਨ 3 ਹੈ 21 ਸਾਲ ਤੱਕ, ਆਪਸ਼ਨ 4 ਹੈ ਕੋਈ ਨਹੀਂ ਇਹਨਾਂ ਦੇ ਵਿੱਚੋਂ। ਸੋ ਬਾਲ ਅਵਸਥਾ ਦੀ ਗੱਲ ਕੀਤੀ ਗਈ ਹੈ ਕਿਹੜੀ ਅਵਸਥਾ ਮੰਨੀ ਜਾਂਦੀ ਹੈ, ਕਿੰਨੇ ਸਾਲ ਦੀ ਉਮਰ ਹੁੰਦੀ ਹੈ ਇਹਦੇ ਵਿੱਚ? ਇਹਦਾ ਰਾਈਟ ਆਂਸਰ ਹੈਗਾ ਗਾ 2nd ਆਪਸ਼ਨ, ਯਾਨੀ ਕਿ 12 ਸਾਲ ਦੀ ਉਮਰ ਤੱਕ ਅਸੀਂ ਬਾਲ ਅਵਸਥਾ ਨੂੰ ਮੰਨਦੇ ਹਾਂ ਬੱਚੇ ਦੇ ਵਿੱਚ, ਕਿ ਉਹਦੇ ਵਿੱਚ ਬਾਲ ਵਾਲੇ ਜਿਹੜੇ ਗੁਣ ਹੁੰਦੇ ਨੇ। ਠੀਕ ਹੈ ਜੀ ਚੱਲਦੇ ਹਾਂ ਨੈਕਸਟ ਕੁਐਸਚਨ ਦੇ। ਵਿਕਾਸ ਵਿੱਚ ਵਾਧੇ ਦਾ ਅਰਥ ਕੀ ਹੈ? ਆਪਸ਼ਨ 1 ਹੈਗਾ ਜੀ ਗਿਆਨ ਵਿੱਚ ਵਾਧਾ, ਆਪਸ਼ਨ 2 ਹੈ ਸੰਵੇਗ ਵਿੱਚ ਵਾਧਾ, ਆਪਸ਼ਨ 3 ਹੈ ਭਾਰ ਵਿੱਚ ਵਾਧਾ, ਆਪਸ਼ਨ 4 ਹੈ ਆਕਾਰ ਸੋਚ ਸਮਝ ਕੌਸ਼ਲਾਂ ਵਿੱਚ ਵਾਧਾ। ਸੋ ਵਿਕਾਸ ਦੇ ਵਿੱਚ ਜਿਹੜਾ ਵਾਧੇ ਦਾ ਅਸੀਂ ਅਰਥ ਲੈਂਦੇ ਹਾਂ ਉਹਦਾ ਰਾਈਟ ਆਂਸਰ ਹੈਗਾ ਜੀ ਕਿ ਸਾਡੇ ਸਰੀਰ ਦੇ ਆਕਾਰ ਸੋਚ ਸਮਝ ਕੌਸ਼ਲਾਂ ਵਿੱਚ ਵੀ ਵਾਧਾ ਹੋਣਾ, ਉਸ ਨੂੰ ਅਸੀਂ ਵਿਕਾਸ ਦੇ ਵਿੱਚ ਵਾਧੇ ਦੇ ਅਰਥਾਂ ਤੋਂ ਲਵਾਂਗੇ, ਯਾਨੀ ਕਿ ਇੱਕ ਵਿਕਾਸ ਦੇ ਨਾਲ ਵਿੱਚ ਜਿਹੜਾ ਵਾਧਾ ਹੋਵੇਗਾ ਉਹਨਾਂ ਦੇ ਵਿੱਚ ਸਾਰਾ ਕੁਛ ਆ ਜਾਵੇਗਾ, ਆਕਾਰ ਵੀ ਆ ਜਾਵੇਗਾ, ਸੋਚ ਵੀ ਆ ਜਾਵੇਗੀ ਔਰ ਸਮਝ ਅਤੇ ਕੌਸ਼ਲਾਂ ਦੇ ਵਿੱਚ ਵਾਧਾ ਵੀ ਹੋ ਜਾਵੇਗਾ, ਹੈ ਨਾ। ਸੋ ਅੱਜ ਦੇ ਚਾਈਲਡ ਡਿਵੈਲਪਮੈਂਟ ਦੇ ਕੁਐਸਚਨ ਇਹੀ ਸੀਗੇ ਜੀ, ਆਸ ਕਰਦਾ ਸਭ ਲਈ ਹੈਲਪਫੁਲ ਰਹੇ ਹੋਣਗੇ, ਸਭ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਕੁਝ ਦਿਨਾਂ ਤੱਕ ਆਪਾਂ ਜਿਹੜੀ ਲਾਈਵ ਕਲਾਸ ਜਿਹੜੀ ਸਟਾਰਟ ਕਰ ਦੇਵਾਂਗੇ, ਸੋ ਉਹਦੇ ਵਿੱਚ ਆਪਾਂ ਕਾਫੀ ਜਿਹੜੇ ਕੁਐਸਚਨ ਰੱਖ ਲਿਆ ਕਰਾਂਗੇ, ਇਹ ਵੈਸੇ ਹੀ ਥੋੜ੍ਹੇ ਥੋੜ੍ਹੇ ਕਰਕੇ ਅਪਲੋਡ ਕਰ ਰਿਹਾ ਕਿਉਂਕਿ ਇੰਨੇ ਕੁ ਯਾਦ ਰੱਖਣੇ ਸੌਖੇ ਨੇ ਸਭ ਲਈ, ਹੈ ਨਾ, ਔਰ ਜਿਹੜਾ ਟਾਈਮ ਵੀ ਉਹ ਘੱਟ ਜਾਂਦਾ ਹੈ ਵੀਡੀਓ, ਨਹੀਂ ਤਾਂ ਬਹੁਤ ਲੰਬੀ ਹੋ ਜਾਂਦੀ ਹੈ, ਸੋ ਦੇਖਣੀ ਔਖੀ ਹੋ ਜਾਂਦੀ ਵਿੱਚ, ਹੈ ਨਾ। ਸੋ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ। ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਲਾਈਕ ਵੀ ਜ਼ਰੂਰ ਕਰਦਿਆ ਕਰੋ ਅਤੇ ਆਪਣੇ ਸੁਝਾਵ ਜਿਹੜੇ ਉਹ ਦੇਣੇ ਨਾ ਭੁੱਲਿਆ ਕਰੋ ਕਿ ਕਿਸ ਤਰ੍ਹਾਂ ਦੀ ਵੀਡੀਓ ਉਹ ਜਿਹੜੀ ਅਪਲੋਡ ਕੀਤੀ ਜਾਵੇ, ਕਿਸ ਤਰ੍ਹਾਂ ਦਾ ਟੋਪਿਕ ਜਿਹੜਾ ਉਹ ਅਪਲੋਡ ਕੀਤਾ ਜਾਵੇ, ਜ਼ਰੂਰ ਆਪਣੇ ਸੁਜੈਸ਼ਨ ਦਿਆ ਕਰੋ। ਓਕੇ ਜੀ, ਥੈਂਕ ਯੂ ਵੈਰੀ ਮੱਚ।